ਲਓ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅੱਜ ਆਪਾਂ ਬੜੇ ਦਿਨਾਂ ਬਾਅਦ ਲੱਗੇ ਹਾਂ ਵੀਡੀਓ ਬਣਾਉਣ, ਅਤੇ ਕਿਉਂ ਆਪਾਂ ਬਿਜ਼ੀ ਸੀਗੇ ਘਰ ਕੰਮ 'ਚ, ਅਤੇ ਉਹਦੀ ਵਜ੍ਹਾ ਕਰਕੇ ਆਪਾਂ ਕੋਈ ਵੀਡੀਓ ਨਹੀਂ ਬਣਾਈ ਅਤੇ ਨਾ ਕੋਈ ਕੰਮ ਕੀਤਾ। ਅਤੇ ਆਪਾਂ ਨਵਾਂ ਪ੍ਰੋਜੈਕਟ ਲੱਗੇ ਹਾਂ ਲਾਉਣ, ਯਾਨੀ ਕਿ ਨਵਾਂ ਲੱਗੇ ਹਾਂ ਟਰੈਕਟਰ ਤਿਆਰ ਕਰਨ। ਟੂਬ ਖੋਲ੍ਹਤੀ ਆਪਾਂ ਸਾਰੀ, ਤਾਂ ਕਿ ਇਹਦਾ ਸਮਾਨ ਨਵਾਂ ਪਾ ਦਈਏ ਆਪਾਂ ਸਾਰਾ। ਅਤੇ ਇਹਦੇ 'ਚ ਸਮਾਨ ਵਗੈਰਾ ਵੈਸੇ ਓਰੀਜਨਲ ਹੀ ਨਿਕਲਿਆ ਸਾਰਾ, ਜਿੰਨਾ ਵੀ ਆਪਾਂ ਖੋਲ੍ਹਿਆ। ਇਹ ਆਪਾਂ ਛੋਟੀ ਕਰਾਉਣੀ ਕਟਾ ਕੇ, ਤਾਂ ਕਰਕੇ ਖੋਲ੍ਹੀਏ। ਹੁਣ ਇਹ ਕੱਟੀ ਜਾਏਗੀ ਸੌਖੀ, ਖੋਲ੍ਹ ਕੇ ਸੌਖੀ ਕੱਟੀ ਜਾਂਦੀ ਹੈ। ਨੰਬਰ 2 ਇਹਦੇ ਸਮਾਨ ਦਾ ਪਤਾ ਲੱਗ ਜਾਂਦਾ ਹੈ ਵੀ ਇਹਦੇ 'ਚ ਕੀ ਕੁਛ ਪੈਣ ਵਾਲਾ ਅਤੇ ਕੀ ਕੁਛ ਖਰਾਬ ਹੈ। ਕਰਾਉਣ ਸਹੀ ਹੈ ਬਿਲਕੁਲ। ਬਿਲਕੁਲ ਸਹੀ ਪਿਆ ਕਰਾਉਣ ਬਿਲਕੁਲ। ਅਤੇ ਇਹਦੀਆਂ ਸੀਲਾਂ ਵਗੈਰਾ ਆਪਾਂ ਪਾ ਦਿੰਦੇ ਨੇ, ਬੈਰਿੰਗ ਬੁਰਿੰਗ ਸਹੀ ਨੇ ਇਹਦੇ। ਅਤੇ ਜਿਹੜੇ ਇਹਦੇ ਬੈਰਿੰਗ ਨੇ ਉਹ ਆਪਾਂ ਚੇਂਜ ਕਰਾਂਗੇ, ਸੀਲਾਂ ਚੇਂਜ ਕਰਾਂਗੇ ਆਪਾਂ। ਬੈਰਿੰਗ ਵੈਸੇ ਤਾਂ ਓਰੀਜਨਲ ਹੀ ਪਏ ਹੋਏ ਨੇ ਇਹਦੇ 'ਚ। ਆਹ ਵੇਖੋ, ਆਹ ਲਿਖਿਆ ਤੁਹਾਨੂੰ ਦਿਸ ਜਾਣਾ, ਜਪਾਨੀ, ਜਪਾਨ। ਇਹ ਜਪਾਨ ਵਾਲੇ ਓਰੀਜਨਲ ਬੈਰਿੰਗ ਨੇ ਜਿਹੜੇ ਨਾਲ ਆਉਂਦੇ ਨੇ, ਇਹ ਉਹ ਬੈਰਿੰਗ ਨੇ। ਅਤੇ ਇਹ ਬੈਰਿੰਗ ਸਹੀ ਨੇ ਬਿਲਕੁਲ, ਪਰ ਫਿਰ ਵੀ ਆਪਾਂ ਚੇਂਜ ਕਰ ਦੇਣੇ ਨੇ, ਆਪਾਂ ਨਵੇਂ ਪਾ ਦੇਣੇ ਨੇ ਬੈਰਿੰਗ ਇਹਦੇ 'ਚ ਬਿਲਕੁਲ। ਅਤੇ ਸੀਲਾਂ ਵਗੈਰਾ ਇਹਦੀਆਂ ਨਵੀਆਂ ਪਾ ਦੇਣੀਆਂ ਨੇ ਆਪਾਂ। ਸੀਲਾਂ ਵੈਸੇ ਓਰੀਜਨਲ ਨਾਲ ਦੀਆਂ ਸੀਲਾਂ ਨੇ, ਆ ਦੇਖੋ ਇਹਦੀ ਜਿਹੜੀ ਓਰੀਜਨਲ ਸੀਲ ਦੀ ਪਹਿਚਾਣ ਹੁੰਦੀ। ਇੱਕ ਮਿੰਟ ਮੈਂ ਤੁਹਾਨੂੰ ਦੱਸਦਾ, ਆਹ ਦੇਖੋ ਜਿਹੜਾ ਪਿੱਤਲ ਜਿਹਾ ਚਮਕਦਾ ਨਾ ਸੀਲ ਦੇ 4 ਸਫੇਰੇ, ਇਹ ਓਰੀਜਨਲ ਦੀ ਪਛਾਣ ਇਹਦੀ। ਨੰਬਰ 2 ਦੇ ਅੰਦਰ ਆਹ ਕੜਾ ਲੱਗਿਆ ਹੁੰਦਾ, ਆਹ ਜਿਹੜਾ ਕੜਾ ਲੱਗਿਆ ਹੋਇਆ ਅੱਗੇ, ਇਹ ਕੜਾ ਓਰੀਜਨਲ ਦਾ ਜੁਗਾੜ ਹੈ ਸਾਰੇ। ਅਤੇ ਜਿਹੜਾ ਬਾਅਦ 'ਚ ਪਾਉਂਦੇ ਨੇ ਜਾਂ ਚੇਂਜ ਕਰਦੇ ਨੇ, ਇਹ ਕੜਾ ਨਹੀਂ ਪਿਆ ਹੁੰਦਾ, ਉਹ 'ਚ ਸੀਲੇ ਠੋਕੇ ਆਉਂਦੇ ਨੇ 2-2। ਅਤੇ ਬਾਕੀ ਓਰੀਜਨਲ ਸਾਰਾ ਮਗਲਿਆਲੇ 'ਚੋਂ ਪੂਰਾ ਨਿਕਲਿਆ। ਹਾਂ ਦੇਖੋ ਇੰਨਾ ਤੇਲ ਨਿਕਲਿਆ ਇਹਦੇ 'ਚੋਂ, 2 ਲੀਟਰ ਦੇ ਕਰੀਬ, 2 ਤੋਂ ਵੱਧ ਹੀ ਨਿਕਲਿਆ। ਅਤੇ ਬਾਕੀ ਸਹੀ ਸੀ ਸਾਰਾ ਕੁਛ। ਅਤੇ ਆਪਾਂ ਖੋਲ੍ਹਤਾ ਲੈਦਰ ਵਗੈਰਾ, ਆਪਾਂ ਇਹਦੇ ਨਵੇਂ ਪਾ ਦੇਣੇ ਨੇ ਕਿਉਂਕਿ ਲੈਦਰ ਇਹਦੇ ਖਤਮ ਨੇ। ਆਹ ਦੇਖੋ ਲੈਦਰ ਖਤਮ ਨਹੀਂ ਸੀ ਬਿਲਕੁਲ, ਲੈਦਰ ਆਪਾਂ ਨਵੇਂ ਪਾ ਦੇਣੇ ਨੇ। ਵੈਸੇ ਹੈ ਵੀ ਓਰੀਜਨਲ ਨੇ, TVS ਦੇ ਪਾਏ ਹੋਏ ਨੇ ਪਹਿਲਾਂ ਵੀ, ਜਿੰਨੇ ਵੀ ਪਾਏ ਹੋਏ ਨੇ। ਅਤੇ TVS ਦੇ ਇਹਦੇ 'ਚ ਲੱਗਿਆ ਬੂਸਟਰ ਬ੍ਰੇਕਾਂ ਵਾਲਾ, ਅਤੇ TVS ਦੀ ਲੈਦਰ ਸੀਗੇ, ਇਹ ਆਪਾਂ ਨਵੇਂ ਪਾ ਦੇਣੇ ਨੇ ਕਿਉਂਕਿ ਲੈਦਰ ਵਿਚਾਰੇ ਰੱਬ ਦੇ ਨਾਲ ਹੀ ਨਿਕਲੇ ਨੇ। ਇੱਕ ਲੈਦਰ 'ਤੇ ਟੁੱਟ ਕੇ ਡਿੱਗ ਗਿਆ ਸੀ ਨਾਲੋਂ। ਆਹ ਦੇਖੋ ਪਤਾ ਨਹੀਂ ਕਦੋਂ ਕੁਦੇ ਪਏ ਨੇ ਵੈਸੇ। ਅਤੇ ਆਪਾਂ ਪਾ ਦੇਣੇ ਨੇ ਨਵੇਂ, ਅਤੇ ਕਰ ਦੇਣਾ ਆਪਾਂ ਕੰਮ ਫਿਰ ਸਟਾਰਟ। ਬਾਕੀ ਅੱਜ ਤੋਂ ਕੰਮ ਸ਼ੁਰੂ ਇਹਦਾ, ਅੱਜ ਆਪਾਂ ਖੋਲ੍ਹਤਾ, ਕੱਲ੍ਹ ਨੂੰ ਇਹਦੀ ਕਟਿੰਗ ਕਰਾ ਕੇ ਛੋਟਾ ਕਰਾ ਕੇ, ਅਤੇ ਫਿਰ ਆਪਾਂ ਕਰਾਵਾਂਗੇ ਇਹਦੀ ਫਿਟਿੰਗ। ਅਤੇ ਉਸ ਤੋਂ ਬਾਅਦ ਆ ਗਈ ਵਾਰੀ ਇਹਦੀ ਤਿਆਰ ਕਰਨ ਦੀ। ਅਤੇ ਫੋੜ ਇਹਦਾ ਥੋੜ੍ਹਾ ਜਿਹਾ ਕੰਮ ਕੀਤਾ ਆਪਾਂ, ਇਹਦੇ ਮੰਗਰਾੜ ਚੌੜੇ ਕਰਨੇ ਨੇ ਇੱਕ, ਇਹ ਸਵੇਰੇ ਵੱਢ ਕੇ ਆਪਾਂ ਕਰਾਂਗੇ ਚੌੜੇ, ਕਿਉਂਕਿ ਟਾਇਰ ਜ਼ਿਆਦਾ ਬਾਹਰ ਆ, ਵੇਖੋ ਟਾਇਰ ਮੰਗਰਾੜ ਤੋਂ ਜ਼ਿਆਦਾ ਬਾਹਰ ਤੁਰ ਜਾਂਦਾ ਹੈ, ਅਤੇ ਉਹਦੀ ਵਜ੍ਹਾ ਕਰਕੇ ਥੋੜ੍ਹਾ ਬੁਰਾ ਲੱਗਦਾ ਇਹ। ਅਤੇ ਮੰਗਰਾਟ ਆਪਾਂ ਇੱਥੇ ਦਾ ਕਰ ਦੇਣਾ, ਇਹਦਾ ਟਾਇਰ ਦੇ ਬਰਾਬਰ 3 ਇੰਚ ਹੋਰ ਵਧਾ ਦੇਣਾ। ਅਤੇ ਬਾਕੀ ਸਲੈਂਸਰ ਇਹਦਾ ਬੰਦ ਕਰ ਦੇਣਾ ਆਪਾਂ ਅੰਦਰ ਦੀ, ਜਿੱਥੋਂ ਪਹਿਲਾਂ ਸੀ ਟੈਂਕੀ ਰਹਿੰਦੀ ਬਸ ਇਹਦੀ ਤੇਲ ਵਾਲੀ ਲਾਉਣ ਵਾਲੀ, ਮੈਂ ਲਾ ਕੇ ਕੰਪਲੀਟ ਕਰ ਦੇਣਾ। ਇੱਕ ਇਹਦੀ ਗੇਅਰ ਦੀ ਸੀਲ ਪੈਣ ਵਾਲੀ ਸੀ, ਉਹ ਮੈਂ ਕਿਹਾ ਆਪਾਂ ਖੋਲ੍ਹਿਆ ਹੀ ਹੈ, ਸੀਲ ਵੀ ਪਾ ਦਿਓ ਉਹਦੀ। ਅਤੇ ਇਹ ਆਪਾਂ ਸੀਲ ਪਾ ਦੇਣੀ ਇਹਦੀ ਨਵੀਂ, ਖੋਲ੍ਹ ਦਿੱਤਾ ਆਪਾਂ, ਸੀਲ ਇਹਦੀ ਆਪਾਂ ਕੱਢ ਕੇ ਧਰੀਏ। ਆਹ ਦੇਖੋ ਇਹਦੀ ਸੀਲ ਹੈ, ਇਹ ਆਪਾਂ ਕੱਢ ਕੇ ਧਰੀ ਹੋਈ ਹੈ ਬਾਹਰ, ਅਤੇ ਬਸ ਆਪਾਂ ਹੁਣ ਇਹ ਪਾ ਦੇਣੀ ਹੈ ਵੀ ਨਵੀਂ ਲਿਆ ਕੇ। ਅਤੇ ਮੈਂ ਤਾਂ ਹੀ ਸਾਰਾ ਜੁਗਾੜ ਇਕੱਠਾ ਖੋਲ੍ਹਿਆ, ਹੁਣ ਸਮਾਨ ਲੈਣ ਜਾਵਾਂਗੇ, ਹੁਣ ਇਕੱਠਾ ਸਮਾਨ ਆ ਜਾਏਗਾ ਇੱਕੋ ਵਾਰ 'ਚ, ਅਤੇ ਉਸ ਤੋਂ ਬਾਅਦ ਫਿਰ ਆਪਾਂ ਕੰਮ ਲੱਗੇ ਰਵਾਂਗੇ, ਠੀਕ ਹੈ ਜੀ। ਅਤੇ ਹੁਣ ਆਪਾਂ ਵੀਡੀਓ ਪਾਉਂਦੇ ਰਵਾਂਗੇ, ਅਤੇ ਜੁੜੇ ਰਹੋ ਤੁਸੀਂ ਆਪਣੇ ਨਾਲ। ਅਤੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਅਤੇ ਜੇ ਕੋਈ ਮੇਰਾ ਵੀਰ ਜਿਹਨੂੰ ਇਹ ਆਪਣਾ ਵਧੀਆ ਲੱਗਦਾ ਕੰਮ, ਅਤੇ ਉਹ ਆਪਣੇ ਜਿਹੜੀ ਸ਼ੋਰਟ ਵੀਡੀਓ ਪਾਈ ਹੁੰਦੀ ਹੈ ਉਹਦੇ ਥੱਲੇ ਸਪੋਰਟ ਵੀ ਜੇ ਕੋਈ ਬੰਦਾ ਕਰ ਸਕਦਾ ਆਪਣੀ, ਤਾਂ ਜ਼ਰੂਰ ਕਰਿਆ ਕਰੋ। ਉਹਦੇ ਨੀਚੇ ਸਪੋਰਟ ਦੀ ਆਪਸ਼ਨ ਆਉਂਦੀ ਹੈ, ਉਹ ਤੁਸੀਂ ਸਪੋਰਟ ਵੀ ਕਰ ਸਕਦੇ ਹੋ। ਅਤੇ ਆਪਾਂ ਜਲਦ ਇੱਕ ਨਵੀਂ ਕੋਈ ਸਕੀਮ ਲੈ ਕੇ ਆਵਾਂਗੇ, ਅਤੇ ਮੇਰਾ ਵੀ ਸਾਰੇ ਜਣੇ ਰਿਹਾ ਤਿਆਰ, ਅਤੇ ਜਿਹੜਾ ਸਪੋਰਟ ਕਰੇਗਾ ਫਿਰ ਆਪਾਂ ਉਹਨੂੰ ਵੀ ਕੋਈ ਨਾ ਕੋਈ ਸਰਪ੍ਰਾਈਜ਼ ਦਿਆ ਕਰਾਂਗੇ। ਅਤੇ ਆਪਾਂ ਜਲਦ ਕਰ ਰਹੇ ਹਾਂ ਇਹ ਪ੍ਰੋਗਰਾਮ, ਬਸ ਆ ਇਹਨੂੰ ਭੇਜ ਕੇ ਟਰੈਕਟਰ ਨੂੰ,
उस तो बाद जो दूजा आप तैयार करना जी का अच्छे समान खोलिया वेखो मेरे हाथ अजी हूँ ही मतलब कि खोल के तो मैं क्या चलो वीडियो बना दी जरूर तो आप ट्रैक्टर बनावे ट्रैक्टर बनाते बनाते आप चलावे स्कीम जोड़ा बंदा अपनी सपोर्ट करेगा तो उन्होंने आप गिफ्ट दिया करा तो बाकी जदों प्रोपर ये स्कीम जिदा किदा भी ये तुम सारे दस देंगे आप उस तो बाद ये फॉलो कर लियो जिदा किसी वधिया लग्या तो अपनी वीडियो में वो शेयर कराया करो तो सबसक्राइब मेरा भी सारे जने कर लियो चैनल तो आप मिलते हैं नवी वीडियो नाल शॉर्ट तुम्हें मिलते रहेंगे वीडियो आप पावे 4-5 दिन तक ठीक है क्यों मैं कटिंग कुटिंग करा के लिया के सैटिंग करके आप इंजन गेयर वगैरह सारा समान ले लिया लैके आप लैके आना चक के कल परसों लिफ्ट टप हो गया पीटीओ गेयर हो गया हाईलो गेयर हो गया सारा समान अपना लिया पै अपना टाइम नहीं सी लगता पाया आप सवेरे कल परसों लै आना जाके यानी कि अज 6-7 तरीक अज हाँ 7 तरीक अज 8-9-10 दे विच विच आप सारा समान कंप्लीट करके तो चासी का काम शुरू कर देना क्योंकि ऑलरेडी आप बहुत लेट आते मिलते हैं जल्द नवी वीडियो नाल तद तक सारे वीरां नूं सत श्री अकाल जी।